पंजाब सरकार किसानों के कर्ज माफी के लाखों ही दावे कर रही है लेकिन हर रोज पंजाब में किसी न किसी गांव या शहर में किसान के द्वारा आत्महत्या का सिलसिला जारी है कभी कोई किसान कर्ज माफी न होने के कारण आत्महत्या करता है फिर या फिर बैंक या आरती द्वारा तंग परेशान किए जाने के कारण गले में फंदा डाल लेता है खबर जिला मुक्सर के गांव फतेहपुर मनिया से है जहां पर एक करीब पचपन साल के गरीब किसान रंजीत सिंह ने अपने आरतीय से परेशान आकर कल कीटनाशक दवाई पी ली जिसको इलाज के लिए मलोड के एक हॉस्पिटल में भर्ती करवाया गया जिसके कल देर शाम मौत हो गई मरने से पहले किसान अंजीत सिंह ने पुलिस को आरती अमनजीत सिंह जो कि गांव फतेहपुर मनिया का रहने वाला है और मनी विशाल के खिलाफ तंग परेशान करने के बयान दे गया है जिसके आधार पर पुलिस ने मामला आरती मनजीत सिंह और मनी विशाल कुमार के खिलाफ दर्ज कर लिया है आरोपी की तलाश शुरू की है और जल्द से जल्द आरती अमनजीत सिंह और मनी विशाल कुमार को पकड़ने की बात कह रही है मुख्य से अशाक ठुड्डी ਉਹ ਦਿਨ ਵਾਪਰੀ ਇਹ ਜੀ ਇੱਥੋਂ ਗਿਆ ਸੀ ਉਹ ਪੈਸੇ ਲੈਣ ਤੇ ਉਹ ਦਿਨ ਉਹਨੂੰ ਆਖਿਆ ਵੀ ਉਹ ਆਣ ਕੇ ਜਿਵੇਂ ਦੱਸਿਆ ਉਹਨੇ ਸਾਨੂੰ ਮੈਂ ਇੱਥੇ ਅੰਗੂਠੇ ਲਾ ਦੇ ਕੋਰੇ ਆਪਣੇ ਕਾਗਜ਼ਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਕਾਗਜ਼ਾਂ ਦੇ ਅੰਗੂਠੇ ਲਵਾ ਲੈਣ ਤੇ ਤੈਨੂੰ ਬਾਅਦ ਚ ਪੈਸੇ ਦੇਣੇ ਆ ਜੀ ਤੇ ਜਦੋਂ ਇਹ ਗੱਲ ਹੋਈ ਤੇ ਕੋਰੇ ਕਾਗਜ਼ਾਂ 'ਤੇ ਅੰਗੂਠੇ ਲਵਾ ਗਏ ਪੈਸੇ ਤੇ ਖਰੇ ਦੇਣੇ ਸੀ ਕਿ ਨਹੀਂ ਦੇਣੇ 5 ਲੱਖ ਰੁਪਈਆ ਉਹਨੇ ਉੱਥੇ ਲਿਖ ਲਿਆ ਜਦੋਂ ਲਿਖਣਕਾਰ ਨੇ ਤੇ ਆਖਣ ਲੱਗੇ ਵੀ ਜਾਂ ਤੈਨੂੰ ਕੋਰਟ 'ਚ ਚੱਲਨੇ ਆ ਤੇ ਜਾਂ ਅਸੀਂ ਪਹਿਲੀ ਵਾਰ ਨੇ ਤੇਰੀ ਇਹ ਟੈਂਸ਼ਨ ਨਾਲ ਕੇ ਉਹਨੇ ਸਪਰੇ ਆਹਦਾ ਵੀ ਮੈਂ ਸਪਰੇ ਪੀਨੇ ਆ ਉਹਦੋਂ ਆਣ ਕੇ ਉਹਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਮੇਰੇ ਨਾਲ ਉਹਨੇ ਕੀਤਾ ਕਿਸ ਨੇ ਕੀਤਾ ਕਿ ਕਿ ਕੌਣ ਬੰਦਾ ਆ ਆਪਣੇ ਮਰਜੀਤ ਸਿੰਘ ਉਤਾਰਾ ਸਿੰਘ ਦਾ ਮੁੰਡਾ ਆयो ਤੇ 800 ਨੇ ਬਣਾਈ ਹੁੰਦੀ ਅੱਧ ਤੀ ਇਹਨਾਂ ਦੀ ਤੇ ਜਦੋਂ ਉਹ ਪੀਣ ਲੱਗਾ ਤੇ ਉਹ ਨੂੰ ਅਹੀਂ ਫੜ ਲਿਆ ਵੀ ਤੂੰ ਨਾ ਪੀ ਕੋਈ ਨਹੀਂ ਕਰ ਲਾਂਗੇ ਤੇ ਉਹਲੇ ਦਾ ਖਲੋ ਗਿਆ ਰਾਤ ਨੂੰ ਉੱਠ ਕੇ ਫਿਰ ਪੀ ਟੈਂਸ਼ਨ ਵਧ ਗਈ ਵੀ ਮੇਰੇ ਨਾਲ ਕੀ ਹੋਇਆ ਵੀ ਨਯਾਜ਼ ਪਾਸੇ ਮੇਰੇ ਨਾਲ ਲਿਖਿਆ ਨੇ ਤੇ ਨਯਾਜ਼ ਪਾਸੇ ਲਿਖ ਕੇ ਤੇ ਮੇਰੀ ਆਂਦੇ ਪਹਿਲੀ ਵਾਲ ਨੇ 21 ਨੇ ਵੀਰ ਜੀ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਕੀ ਘਟਨਾ ਮੱਤੀ ਇਹ ਹੋਇਆ ਜੀ ਸਾਡੇ ਤਾਏ ਦਾ ਬੇਟਾ ਮਨਜੀਤ ਸਿੰਘ ਸਾਨੂੰ ਤਾਰਾ ਸਿੰਘ ਦੀ ਆੜਤੀ ਦੁਕਾਨ ਤੇ ਜਾਂਦਾ ਸੀ ਪੰਜ ਪੰਜ 6 ਸਾਲ ਪਹਿਲੂ ਇੰਨੇ ਪੈਸੇ ਵੀ ਕੱਟਲੇ ਸੀ ਇਹਨਾਂ ਦਾ ਜੋ ਹਸਾਬ ਕਿਤਾਬ ਬਣਦਾ ਸੀ ਹੁਣ ਉਹਨੇ ਇਹਨੂੰ ਆੜਤੀ ਦੁਕਾਨ ਤੇ ਮੰਗਲਵਾਰ ਸੱਦਿਆ ਵੀ ਮੈਂ ਤੇਰਾ ਹਿਸਾਬ ਕਰਨਾ ਤੇ ਆੜਤੀ ਦੁਕਾਨ ਤੇ ਆਵਾਂ ਇਹ ਆੜਤੀ ਦੁਕਾਨ ਤੇ ਗਿਆ ਚੱਲ ਜੂ ਉੱਥੇ ਦੇ ਮਨਜੀਤ ਸਿੰਘ ਨੇ ਤੇ ਮੁੰਡਾ ਤਾਰਾ ਸਿੰਘ ਦਾ ਜੀ ਤੇ ਇੱਕ ਇਹਦਾ ਮਨੀਮ ਹੈ ਵਿਸ਼ਾਲ ਉਹਨਾਂ ਨੇ ਧੱਕੇ ਨਾਲ ਇਹਨਾਂ ਦੇ ਖਾਲੀ ਕਈ ਕਾਗਜ਼ਾਂ ਦੇ ਦਸਤਖਤ ਕਰਵਾ ਲਏ ਸੀ ਤੇ ਅਗੂਠੇ ਲਵਾ ਲਏ ਨੇ ਤੇ ਇਸ ਦੁੱਖ ਤੋਂ ਮਾਰਿਆ ਇਹਨੇ ਆ ਕੇ ਉਹਨੂੰ ਕਹਿੰਦੇ ਵੀ ਜਾਂ ਤਾਂ ਸਾਨੂੰ ਪੈਲੀ ਦੇ ਤੇਰੀ ਪੈਲੀ ਜ਼ਬਰਦਸਤੀ ਵਾਹਾਂਗੇ ਤੇ ਜਾਂ ਸਾਡੇ ਇਹਨੇ ਲੱਖ ਰੁਪਈਆ ਜਿਹੜਾ ਸਾਨੂੰ ਦੇ ਤੇ ਪੈਸਾ ਹੀ ਨੀ ਕੋ ਉਨਾਂ ਦਾ ਦੇਣਾ ਕੋ ਨਹੀਂ ਸੀ ਕਿਉਂ ਪਹਿਲੋਂ ਵੀ ਜੋ ਇਹਨੇ ਇਹਦੇ ਬੰਦੇ ਹਿਸਾਬ ਕੋ ਤਾਂ ਵੀ ਕਿਨਾਂ ਦੀ ਭੈਣ ਦਾ ਉਹਨੇ ਪੈਲੀ ਵੇਚੀ ਸੀ ਉਹਦਾ 9 ਲੱਖ ਰੁਪਈਆ ਉਹਨੇ ਇਹਨਾਂ ਦੀ ਆੜਤ ਤੇ ਰੱਖਿਆ ਸੀ ਮਨਜੀਤ ਸਿੰਘ ਦੀ ਤੇ ਉਦੋਂ ਨੇ ਦੀ ਭੈਣ ਦੇ ਵੀ ਪੈਸੇ ਉਹ 9 ਲੱਖ ਰੁਪਈਆ ਖਾ ਗਿਆ ਸੀ ਵੀ ਮੈਂ ਤੇਰੇ ਭਰਾਵਾਂ ਤੋਂ ਪੈਸੇ ਲੈਣੇ ਨੇ ਤੇ ਮੈਂ ਜਿਹੜਾ 9 ਲੱਖ ਰੁਪਈਆ ਇਹ ਤੇਰਾ ਉਧਰ ਪੂਰਾ ਹੋ ਗਿਆ ਤੇ ਇਹਦਾ ਹਿਸਾਬ ਹੀ ਹੋਇਆ ਆ ਸੀ ਹੁਣ ਇਹਨੇ ਜਿਹੜਾ ਇਹਨੇ ਬਹੁਤ ਗਲਤ ਕੰਮ ਕੀਤਾ ਜੀ ਉਹਦੇ ਕਰਕੇ ਇਹਦੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹਦੇ ਸਰਫਿਰ ਮੈਂ ਸਪਰੇ ਪੀ ਲਈ ਕਿਸ ਤਰ੍ਹਾਂ ਆਈ ਸਪਰੇ ਪੀ ਲਈ ਉਹ ਜਦੋਂ ਕਹਿੰਦਾ ਮੇਰੇ ਤੱਕੇ ਇਹਨਾਂ ਗੁੱਠੇ ਕਾਗਜ਼ਾਂ ਦੇ ਲਵਾਲੇ ਨੇ ਤੇ ਮੈਨੂੰ ਕਹਿੰਦੇ ਵੀ ਹੁਣ ਅਸੀਂ ਤੇਰੀ ਪੈਲੀ ਪਾਉਣੀ ਹੈ ਜਦੋਂ ਨੂੰ ਆਖਿਆ ਮੇਰੀ ਜ਼ਬਰਦਸਤੀ ਪੈਲੀ ਹੋਣੀ ਇਹ ਮੇਰੇ ਕੋਲ ਪੰਜ ਚਾਰ ਕਿੱਲੇ ਪੈਲੀ ਏ ਇਸ ਦੁੱਖ ਤੋਂ ਆ ਗਿਓਨੇ ਸਪਰੇ ਪੀਲੀ ਵੀ ਹੁਣ ਮੈਂ ਉਹ ਰਹਿਗੇ ਕੀ ਕਰਨਾ ਰਣਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਜੱਟਵਾਸੀ ਫਤਿਹਪੁਰ ਮੰਨੀਆਂ ਕਰੀਬ ਉਮਰ 55 ਸਾਲ ਜਨੇਜਾ ਹਸਪਤਾਲ ਨੋਟ ਦਾਖਲ ਹੋਣ ਸਪਰੇ ਪੀਨ ਕਾਰਨ ਦਾਖਲ ਹੋਣ ਸੰਬੰਧੀ ਇਨਫਰਮੇਸ਼ਨ ਆਈ ਸੀ ਜਿਸ ਦੇ ਸੰਬੰਧ ਵਿੱਚ ਇਸੇ ਸ਼ਾਮ ਸੁੰਦਰ ਨੇ ਹਸਪਤਲ ਜਾ ਕੇ ਉਸ ਦਾ ਬਿਆਨ ਕਲਮਬੰਦ ਕੀਤਾ ਜਿਸਨੇ ਮਨਜੀਤ ਸਿੰਘ ਤੇ ਵਿਸ਼ਾਲ ਮਨੀਮ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਸਪਰੇ ਪੀਣ ਬਾਰੇ ਲਿਖਾਇਆ ਸੀਗਾ ਜਿਸ ਦੇ ਸਬੰਧ ਵਿੱਚ ਰੈਪਟ ਦਰਜ ਰੋਜ਼ਨਾਮਚਾ ਕੀਤੀ ਗਈ ਸੀਗੀ ਉਸ ਤੋਂ ਬਾਅਦ ਉਸ ਦੀ ਮੌਤ ਸੰਬੰਧੀ ਇਨਫੋਰਮੇਸ਼ਨ ਥਾਣੇ ਜਿਹੜੀ ਹੈ ਬਜਰੀਆ ਟੈਲੀਫੋਨ ਰਾਹੀਂ ਮਸੂਲ ਹੋਈ ਜਿਸ ਦੇ ਦਾਤੇ ਜਿਹੜੀ ਹੈ ਮਨਜੀਤ ਸਿੰਘ ਆਰਤੀਆ ਜੋ ਫਤਿਹਪੁਰ ਮੰਨੀਆਂ ਦਾ ਹੀ ਰਹਿਣ ਵਾਲਾ ਤੇ ਜਿਹੜਾ ਮਨੀਮ ਵਿਸ਼ਾਲ ਹੈ ਉਹ ਮਲੂਟ ਦਾ ਉਸ ਦੇ ਖਿਲਾਫ ਜਿਹੜੀ ਹੈ ਐਫ ਆਈ ਆਰ ਨੰਬਰ 172 ਵੀ 717 ਅੰਡਰ ਸੈਕਸ਼ਨ 306 34 ਆਪੀਸੀ ਦਾ ਰਜਿਸਟਰ ਕਰਕੇ ਅਗਲੀ ਕਾਰਵਾਈ ਹਮ ਦੁਤਿਆਂ ਦੀ ਜੇ ਦੁਸ਼ੀਆਂ ਤੇ ਰੇਡ ਕੀਤੇ ਜਾ ਰਹੇ ਹੈ ਗ੍ਰਿਫਤਾਰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ